ਕਰਦੇ ਕਮਾਏ ਕਿਵੇਂ ਬੰਤੇ ਆ ਕਿਵੇਂ ਉਹ ਠੀਕ ਹੈ ਸੁਖੀ ਯਾਰ ਮੈਂ ਪੁੱਛਣਾ ਘਰ ਦੇ ਕੰਮਾਂ 'ਚ ਉਲਝੇ ਪਏ ਓ ਯਾਰ ਸੱਦ ਪਰੇ ਕੋਈ ਚੱਜ ਦੀ ਗੱਲ ਕਰ ਨਹੀਂ ਨਿਕਲ ਜਾ ਇੱਕ ਮਿੰਟ ਓ ਤੂੰ ਤੂੰ ਨਾ ਕਿਤਾਬਾਂ 'ਚੋਂ ਨਹੀਂ ਇਹ ਕੰਮ ਦੀ ਚੀਜ਼ ਹੈ ਤੇਰੇ ਕੰਮ ਦੀ ਚੀਜ਼ ਹੈ ਜਿਹੜੇ ਤੂੰ ਆਏ ਸਾਲ ਝੋਨੇ ਦੇ ਕਣਕ ਦੇ ਨਾੜ ਨੂੰ ਅੱਗ ਲਾਉਣਾ ਉਹ ਚੀਜ਼ ਤੇ ਦੱਸਿਆ ਪ੍ਰਬੰਧਨ ਵੀ ਅੱਗ ਲਾਓ ਅੱਗ ਨਾ ਲਾਓ ਹਾਂ ਵੀ ਅੱਗ ਨਹੀਂ ਲਾਉਣੀ ਗੀ ਵੀ ਉਹਦੀ ਬਿਨਾ ਅੱਗ ਲਾਏ ਤੋ ਇੱਕ ਕੌਣ ਦੇ ਗਿਆ ਤੈਨੂੰ ਇਹ ਖੇਤੀ ਵਿਰਾਸਤ ਮਿਸ਼ਨ ਵਾਲੇ ਜਿਹੜੇ ਜੈਤੂ ਵਾਲੇ ਆ ਜਾਣਦਾ ਉਹਨਾਂ ਨੂੰ ਆਪਣੇ ਪਿੰਡਾਂ ਦੇ ਵਿੱਚ ਆਮ ਕੈਂਪ ਵੀ ਸਾਡੇ ਪਿੰਡ ਦਾ ਮੁੰਡਾ ਵੀ ਲੱਗਾ ਇੱਕ ਹਾਂ ਜਾਣਦਾ ਜਾਣਦਾ ਮੈਂ ਚੱਲ ਤੂੰ ਦੱਸ ਕੀ ਹੁਣ ਚੱਲ ਫਿਰ ਮਿੰਟੋ ਮਿੰਟ ਹੀ ਦੱਸ ਦੇ ਯਾਰ ਮੇਰੇ ਕੋਲ ਟਾਈਮ ਹੈ ਨਹੀਂ ਮੈਂ ਤਾਂ ਤੇਰੇ ਕੋਲ ਗੱਲ ਕਰਨੀ ਅੱਗ ਨਹੀਂ ਲਾਉਣੀ ਕੀ ਉਹ ਕਹਿੰਦੇ ਆ ਵੀ ਬਿਨਾ ਘੱਟ ਖਰਚੇ ਤੋਂ ਅੱਗ ਲਾਏ ਦਾ ਪਰਾਲੀ ਦਾ ਪ੍ਰਬੰਧ ਕਿਵੇਂ ਕਰਨਾ ਉਹਨਾਂ ਨੇ ਦੱਸਿਆ ਵੀ ਜਿਵੇਂ ਆਪਾਂ 32 ਕਿਲੋ ਕਣਕ ਲੈ ਕੇ ਹਾਂ ਛਿੱਟੇ ਨਾਲ ਕਣਕ ਬੀਜਣੀ ਹੈ ਛਿੱਟੇ ਨਾਲ ਸਮਝਦਾ ਨਾ ਜਿਵੇਂ ਪੁਰਾਣੇ ਬਜ਼ੁਰਗ ਬੀਜਦੇ ਹੁੰਦੇ ਸੀ ਪਹਿਲਾਂ ਅੱਛਾ ਵੀ ਪਰਾਲੀ ਵੱਢ ਕੇ ਨਹੀਂ ਨਹੀਂ ਮੁੜ ਕੇ ਵਾਹ ਕੇ ਨਹੀਂ 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 ਅੱਛਾ ਹਾਂ ਝੋਨਾ ਵੱਢ ਲਿਆ ਖਰਚੇ ਖੜੇ ਆ ਉਹਦੇ ਵਿੱਚ 32 ਕਿਲੋ ਬੀਜ ਲੈ ਕੇ ਜਿੰਨੀ ਤੁਸੀਂ ਰੇਹ ਪਾਉਣੇ ਆ DAP 40 ਕਿਲੋ ਪਾਉਣੇ ਆ 50 ਕਿਲੋ ਪਾਉਣੇ ਆ ਉਹ ਰਲਾ ਕੇ ਛਿੱਟਾ ਦੇ ਦਿਓ ਉਹ ਤਾਂ ਪਹਿਲੀ ਗੱਲ ਉਹ ਕਹਿੰਦੇ ਵੀ ਬਿਨਾਂ ਜ਼ਹਿਰਾ ਤੋਂ ਖੇਤੀ ਕਰੋ ਤੁਸੀਂ ਪਰ ਉਹ ਤਾਂ ਤੁਹਾਡੀ ਗੱਲ ਹਜੇ ਤੁਹਾਡੇ ਮੰਨਣ ਵਾਲੀਆਂ ਨਹੀਂ ਮੈਨੂੰ ਲੱਗਦਾ ਉਹਦਾ ਛਿੱਟਾ ਦੇ ਕੇ ਉੱਤੋਂ ਦੀ ਤੁਸੀਂ ਮਾਰ ਦਿਓ ਮਲਚਰ ਅੱਛਾ ਜੇ ਮਲਚਰ ਨਹੀਂ ਮਿਲ ਰਿਹਾ ਤਾਂ ਉਹਦੇ 'ਤੇ ਮਾਰ ਦਿਓ ਤੁਸੀਂ ਰੀਪਰ ਉਹ ਤੋਂ ਬਾਅਦ ਉਹਨੂੰ ਲਾ ਦਿਓ ਪਾਣੀ ਅੱਛਾ ਅਤੇ ਬਸ ਤੁਹਾਡੀ ਬਿਜਾਈ ਹੋ ਗਈ ਅਤੇ ਖਰਚਾ ਕੁਛ ਵੀ ਨਹੀਂ ਨਾ 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 ਵਾਹੁਣਾ ਨਾ ਪਰਾਲੀ ਨੂੰ ਅੱਗ ਲਾਉਣ ਦੀ ਲੋੜ ਹੈ ਤਾਂ ਸਮਾਲਕ ਵੀ ਇਹਨੂੰ ਕਿੱਧਰ ਕੱਢਾਂਗੇ ਹਾਂ ਇਹਦੇ ਨਾਲ ਬੱਚਤ ਇੱਕ ਹੋਰ ਚੀਜ਼ ਵੇਖ ਤੂੰ ਹਾਂ ਸਮੇਂ ਦੀ ਬੱਚਤ ਹੋਊਗੀ 2-3 ਹਜ਼ਾਰ ਰੁਪਏ ਤੁਹਾਡਾ ਖਰਚਾ ਬਚ ਗਿਆ ਹਾਂ ਉਦੋਂ ਬਾਅਦ ਪਾਣੀ ਘੱਟ ਲੱਗੂ ਹਾਂ ਅੱਧੀ ਬੋਰੀ ਰੇਹ ਦੀ ਘੱਟ ਪਊਗੀ ਅੱਛਾ ਅੱਧੀ ਟਰਾਲੀ ਤੂੜੀ ਦੀ ਵੱਧ ਨਿਕਲੂਗੀ ਨਦੀਨੇ 'ਚ ਹੁੰਦਾ ਨਹੀਂ ਹਾਂ ਅਤੇ ਉਹਦੀ ਸਪਰੇਅ ਨਹੀਂ ਕਰਨੀ ਪੈਣੀਗੀ ਅਤੇ ਯੂਰੀਆ ਯੂਰੀਆ ਦੂਜੀ ਨਾਲੋਂ ਜਿੱਥੇ 3-4 ਗੱਟੇ ਪਾਉਣੇ ਅੱਧਾ ਗੱਟਾ ਤੁਹਾਡਾ ਘੱਟ ਪਊਗਾ ਇਹ ਚਾਹ ਵੇਖੋ ਆ ਸਾਰੇ ਉਹਨਾਂ ਕਿਸਾਨਾਂ ਦਾ ਵੀ ਫੋਟੋਆਂ ਦਿੱਤੀਆਂ ਨੰਬਰ ਹੈਗੇ ਆ ਜਿਹੜੇ ਜਿਵੇਂ ਲੰਬਾੜੀ ਦਾ ਇਹਨਾਂ ਨੇ ਦੱਸਿਆ ਲਖਵਿੰਦਰ ਲੱਖਾ ਉਹ ਕਿਸਾਨ ਯੂਨੀਅਨ ਚ ਵੀ ਹੈਗਾ ਅੱਛਾ ਦਿਖਾਈ ਮਾਰੇ ਆਹ ਫੋਟੋ ਉਹਨਾਂ ਦੀਆਂ ਹੀ ਆ ਹਾਂ ਹਾਂ ਹ
ਕਰਕੇ ਫੇਰ ਗੱਠਾਂ ਨੂੰ ਅੱਗ ਲਾਉਂਦਾ ਰਹਿੰਦਾ ਹਾਂ ਇਹ ਤਾਂ ਗੱਲ ਹੈਗੀ ਆ ਯਾਰ ਗੱਠਾਂ ਨਹੀਂ ਚੜਦੇ ਬਹੁਤ ਔਖੇ ਉਹ ਤਾਂ ਫੇਰ ਆਪਾਂ ਮਸ਼ੀਨਰੀ ਦੇ ਵਿੱਚ ਪੈ ਗਏ ਨਾ ਆਪਾਂ ਮਸ਼ੀਨਰੀ ਤੋਂ ਖੇੜਾ ਛਡਾਉਂਦੇ ਆ ਇਹ ਮਸ਼ੀਨਰੀ ਤਾਂ ਦੱਸਦੇ ਨਾ ਵੀ ਘੱਟ ਖਰਚੇ ਨਾਲ ਤੁਸੀਂ ਕਿਵੇਂ ਉਹ ਕਰ ਸਕਦੇ ਪਰਾਲੀ ਦਾ ਪ੍ਰਬੰਧਨ ਵੀ ਨਾਲੇ ਕਣਕ ਦੀ ਬਿਜਾਈ ਵੀ ਹੁਣ ਜਿੰਨਾ ਚਿਰ ਆਪਾਂ ਉਹ ਜਿਹੜੇ ਇਹ ਕਰ ਸਿੱਟੇ ਸੁੱਟੀ ਵਾਲੀਆਂ ਕਣਕਾਂ ਦੇਖਦੇ ਨਹੀਂ ਮਲਚਿੰਗ ਵਾਲੀਆਂ ਯਾਰ ਉਹਨਾਂ ਚਿਰ ਆਪਾਂ ਕਿਵੇਂ ਯਕੀਨ ਕਰਦੇ ਹਾਂ ਮੇਰੀ ਗੱਲ ਸੁਣ ਲਾ ਆਪਾਂ ਅਮਰਜੀਤ ਸ਼ਰਮਾ ਚੈਣਾ ਹੈ ਗੋਰਾ ਆਇਆ ਚੈਣੇ ਦੇ ਉਹਨਾਂ ਨੂੰ ਜਾਣਦੇ ਉਹ ਵੀ ਬਿਨਾਂ ਅੱਗ ਲਾਏ ਤੋਂ ਬੀਜਦੇ ਹੀ ਆ ਉਹਨਾਂ ਦੇ ਪਤਾ ਲੱਗਿਆ ਵੀ ਐਰ ਕੀ ਝਾੜ ਉਹਨਾਂ ਦਾ ਵੱਧ ਨਿਕਲਿਆ ਜਿਹਨਾਂ ਨੇ ਅੱਗ ਨਹੀਂ ਲਾਈ ਅੱਜ ਤੂੰ ਗੱਲ ਕੰਮ ਦੀ ਕੀਤੀ ਹੈ ਐਵੇਂ ਯਾਰ ਪਹਿਲਾਂ ਤਾਂ ਮੱਲਾ ਤਾਂ ਹੋਰ ਹੀ ਪੜੀ ਜਾਂਦਾ ਹੋਏਗਾ ਤੂੰ ਚੰਗ ਜਾ ਹਨਾ ਤੇ ਆਪਾਂ ਕੱਲੇ ਆਪਾਂ ਨੇ ਆਪਾਂ ਹੋਰ ਕਿਸਾਨ ਵੀ ਆਪਾਂ ਐਰ ਕੀ ਤਿਆਰ ਕਰਨੇ ਚੱਲਣਾ ਲਾਜ਼ਮੀ ਠੀਕ ਹੈ ਹੁਣ ਮੈਂ ਜਾਣਾ ਚਾਹ ਲੈ ਕੇ ਠੀਕ ਹੈ ਫਿਰ ਆਪਾਂ ਮਿਲਦੇ ਹਾਂ ਸ਼ਾਮ ਠੀਕ ਠੀਕ ਹੈ ਚੰਗਾ ਠੀਕ ਹੈ